ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਸਲਮ ਨਮਸਕਾਰ ਤੜਾ ਚੰਦ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਆਪਣਾ ਫਤੂਰੋ ਇੰਟਰਨੈਸ਼ਨਲ ਤੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਵਧਾਈਆਂ ਅੱਜ ਆਪਣੀ 2022 ਦੇ ਵਿੱਚ ਪਹਿਲੀ ਵੀਡੀਓ ਹੈ ਤੇ ਅੱਜ ਆਪਾਂ 1 ਜਨਵਰੀ 2022 ਦੇ ਬਾਰੇ ਗੱਲਬਾਤ ਕਰਾਂਗੇ ਬਾਕੀ ਰੱਬ ਅਗੇ ਇੱਕ ਬੇਨਤੀ ਵੀ ਕਰਾਂਗੇ ਕਿ ਜਿਹੜਾ ਨਵਾਂ ਸਾਲ ਹੈ ਜੀ 2022 ਇਹਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ 2021 ਦੇ ਵਿੱਚ ਦੇਖੀਆਂ ਲੋਕਾਂ ਨੂੰ ਫੇਸ ਨਾ ਕਰਨੀਆਂ ਪੈਣ ਤੇ ਜਿਹੜਾ ਸਾਲ ਹੈ ਜੀ ਸਾਰਿਆਂ ਦੇ ਵਾਸਤੇ ਖੁਸ਼ਹਾਲੀ ਭਰਿਆ ਹੋਵੇ ਬਾਕੀ ਅੱਜ ਦੀ ਜਿਹੜੀ ਪਹਿਲੀ ਆਪਣੀ ਖਬਰ ਹੈ ਇਹ ਆਪਣੀ ਫਲਾਈਟ ਸੇ ਨਾਲ ਸੰਬੰਧਿਤ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ 2022 ਜਿਹੜਾ ਚੜ ਚੁੱਕਾ ਹੈ ਤੇ ਦਸੰਬਰ ਦਾ ਮਹੀਨਾ ਖਤਮ ਹੋ ਚੁੱਕਾ ਹੈ ਬਾਕੀ ਜਿਹੜੇ ਲੋਕ ਉਹਨੇ ਇੰਡੀਆ ਦੇ ਵਿੱਚ ਇਸ ਟਾਈਮ ਜਾਣਾ ਚਾਹੁੰਦੇ ਹਨ ਉਹਨਾਂ ਦੇ ਵਾਸਤੇ ਜਿਹੜਾ ਮਹੀਨਾ ਹੈ ਜਿੱਦਾਂ ਕਿ ਜਨਵਰੀ ਦੇ ਵਿੱਚ ਵੀ ਅਗਰ ਉਹ ਜਾਣਾ ਚਾਹਣ ਤੇ 10 ਜਨਵਰੀ ਤੋਂ ਬਾਅਦ ਜਿਹੜੀਆਂ ਟਿਕਟਾਂ ਵਗੈਰੇ ਰੇਟ ਹਨ ਉਹ ਘਟਣੀ ਸ਼ੁਰੂ ਹੋ ਜਾਂਦੇ ਹਨ ਤੇ ਇਸ ਤੋਂ ਇਲਾਵਾ ਫਰਵਰੀ ਦੇ ਵਿੱਚ ਜਿਹੜੇ ਰੇਟ ਘੱਟ ਹੀ ਰਹਿੰਦੇ ਹਨ ਤੇ ਇਸ ਤਰ੍ਹਾਂ ਤੁਸੀਂ ਜਨਵਰੀ ਫਰਵਰੀ ਜਾਂ ਮਾਰਚ ਇਹਨਾਂ ਮਹੀਨਿਆਂ ਦੇ ਵਿੱਚ ਅਗਰ ਇੰਡੀਆ ਦੇ ਵਿੱਚ ਜਾਂਦੇ ਹੋ ਜਿਹੜੇ ਟਿਕਟਾਂ ਦੇ ਰਿਟਰਨ ਤੁਹਾਨੂੰ ਕਾਫੀ ਘੱਟ ਰੇਟ ਜਿਹੜੇ ਪੇ ਕਰਨੇ ਪੈਂਦੇ ਹਨ ਬਾਕੀ ਨਾ ਦਿਨਾਂ ਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਤੁਹਾਨੂੰ ਜਿਹੜੀਆਂ ਫਲਾਈਟਸ ਵਗੈਰਾ ਹਨ ਜਿੱਦਾਂ ਕਿ ਵੱਡੀਆਂ ਫਲਾਈਟਸ ਜਿੱਦਾਂ ਕਿ 에어 ਫਰਾਂਸ ਹੋ ਗਈ ਜਾਂ ਜਿਹੜੀ ਆਪਣੀ ਲੁਫਤਾਨਸ ਹੈ ਜੀ ਜਾਂ ਹੋਰ ਵੀ ਜਿੱਦਾਂ ਕਿ ਨਾ ਜਿਹਨੇ ਯੂਰਪੀਅਨ ਦੇਸ਼ਾਂ ਦੀ ਜਿਹੜੀਆਂ ਫਲਾਈਟਾਂ ਹਨ ਇਹਨਾਂ ਦੇ ਵਿੱਚ ਫੰਡ ਦੇ ਵਿੱਚ ਜ਼ਿਆਦਾ ਫਾਇਦਾ ਹੈ ਤੇ ਉਹ ਵੀ ਕੋਸ਼ਿਸ਼ ਕਰੋ ਕਿ ਜਿਹੜੀ ਫਲਾਈਟ ਹੈ ਜੀ ਵੱਡੀ 에어ਪੋਰਟ ਤੋਂ ਵੱਡੀ 에어ਪੋਰਟ ਦੇ ਨਾਲ ਹੀ ਕਨੈਕਟ ਹੋਵੇ ਜਿੱਦਾਂ ਕਿ ਦਿੱਲੀ ਦੇ ਨਾਲ ਜਾਤਰ ਜਿਹੜੀਆਂ ਦਿੱਲੀ ਵਾਲੀਆਂ ਫਲਾਈਟਸ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਪਰੇਸ਼ਾਨੀ ਹੈ ਜੀ ਘੱਟ ਹੁੰਦੀ ਹੈ ਲੋਕਾਂ ਨੂੰ ਖੱਜਲ-ਕੁਵਾਰੀ ਜਿਹੜੀ ਘੱਟ ਹੈ ਇਸ ਤੋਂ ਇਲਾਵਾ ਤੁਸੀਂ ਜਿਹੜੀ ਇੱਕ ਵੈਬਸਾਈਟ ਹੈ ਜੀ Sky Scanner ਇਸ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਡੇਟਸ ਵਗੈਰਾ ਭਰ ਕੇ ਆਪ ਟਿਕਟਾਂ ਦੇ ਰੇਟ ਵਗੈਰਾ ਚੈੱਕ ਕਰ ਸਕਦੇ ਹੋ ਤੇ ਇੱਥੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜਾ ਰੇਟ ਹੈ ਜੀ ਹਰ ਦਿਨ ਦਾ ਇੱਕ ਲੱਗ ਰੇਟ ਹੁੰਦਾ ਹੈ ਅਗਰ ਤੁਸੀਂ ਤਰੀਕਾ ਚੇਂਜ ਕਰ ਦਿਓ ਜਾਂ ਤੁਸੀਂ ਜਿਹੜੀ ਫਲਾਈਟ ਹੈ ਜੀ ਸੋਮਵਾਰ ਦੀ ਫੜਦੇ ਹੋ ਸੋਮਵਾਰ ਮੰਗਲਵਾਰ ਜਾਂ ਇਸ ਤਰ੍ਹਾਂ ਜਿੱਦਾਂ ਕਿ ਵੀਰਵਾਰ ਹੋ ਗਿਆ ਦਿਨਾਂ ਦਿਨਾਂ ਦੀ ਜਿਹੜੀ ਰੇਟ ਹੈ ਦੂਜੇ ਰੇਟਾਂ ਨਾਲੋਂ ਇਹਨਾਂ ਦਿਨਾਂ ਦੀ ਰੇਟ ਘੱਟ ਲੱਗਦੇ ਹਨ। ਸੈਕੰਡ ਖਬਰ ਜਿਹੜੀ ਆਪਣੀ ਇਟਲੀ ਦੇ ਰਾਸ਼ਟਰਪਤੀ ਜਿਹੜੇ ਮਾਦਰੇਲਾ ਸਾਹਿਬ ਨੇ ਇਹਨਾਂ ਦੇ ਨਾਲ ਸਬੰਧਤ ਹੈ। ਇਸ ਟਾਈਮ ਇਹਨਾਂ ਨੂੰ ਜਿਹੜੇ ਆਪਣੀ ਪੋਸਟ ਉੱਤੇ ਬਣਿਆ ਨੂੰ 7 ਸਾਲ ਜਿਹੜੇ ਹੋ ਚੁੱਕੇ ਹਨ ਤੇ ਇਹਨਾਂ ਦਾ ਜਿਹੜਾ ਸਬੰਧ ਹੈ ਸਾਰੀਆਂ ਪਾਰਟੀਆਂ ਦੇ ਨਾਲ ਹੀ ਬਹੁਤ ਵਧੀਆ ਸਬੰਧ ਇਹਨਾਂ ਦਾ ਰਿਹਾ ਹੈ। ਹੁਣ ਜਿਹੜੇ ਹਨ ਜੀ ਇਹ ਆਪਣੇ ਰਾਸ਼ਟਰਪਤੀ ਸਾਹਿਬ ਜਿਹੜੇ ਇਹ ਆਪਣਾ ਜਿਹੜਾ ਰੋਲ ਹੈ ਜੀ ਖਤਮ ਹੋ ਜਾਵੇਗਾ ਇਹਨਾਂ ਦਾ ਰੋਲ। ਹੁਣ ਜਿਹੜੀ ਆਪਣੀ ਨੈਕਸਟ ਖਬਰ ਹੈ ਜੀ ਇਹ ਜਾਣਣੀ ਬਹੁਤ ਹੀ ਜ਼ਿਆਦਾ ਜ਼ ਜਿਹੜੀ ਅਮਰੀਕਾ ਦੇ ਵਿੱਚ ਇੱਕ ਰਿਸਰਚ ਹੋਈ ਹੈ ਕੈਡਿਸ ਸਿਨਾਈ ਮੈਡੀਕਲ ਸੈਂਟਰ ਇਹਦੇ ਵਿੱਚ ਜਿਹੜੀ ਰਿਸਰਚ ਆਈ ਹੈ ਉਹਦੇ ਵਿੱਚ ਇਹਨਾਂ ਨੇ ਇੱਕ ਜਸਟਿਨਾ ਫਾਇਟ ਬੋਬਰ ਜਿਹੜੇ ਕੀਸ ਰਿਸਰਚ ਦੇ ਹੈਡ ਹਨ ਇਹਨਾਂ ਨੇ ਰਿਸਰਚ ਦੇ ਵਿੱਚ ਇਹ ਚੀਜ਼ ਪਾਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਜਿਹੜਾ ਕੋਵਿਡ ਹੋ ਚੁੱਕਾ ਹੈ ਮਤਲਬ ਕਰੋਨਾ ਵਾਇਰਸ ਨਾਲ ਇਨਫੈਕਟ ਹੋ ਚੁੱਕੇ ਹਨ ਤੇ ਬਾਅਦ ਵਿੱਚ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ ਇਸ ਦੇ ਵਿੱਚੋਂ ਬਾਹਰ ਨਿਕਲੇ ਹਨ ਇਹ ਜਿਹੜੀ ਰਿਸਰਚ ਹੈ ਉਹਨਾਂ ਦੇ ਵਾਸਤੇ ਕੀਤੀ ਗਈ ਹੈ ਤੇ ਬਹੁਤ ਹੀ ਚੰਗੀ ਰਿਸਰਚ ਨਹੀਂ ਹੈ ਬੈਡ ਨਿਊਜ਼ ਹੈ ਇਹਦੇ ਵਿੱਚ ਉਹਨਾਂ ਨੇ ਇਸ ਚੀਜ਼ ਦੇ ਬਾਰੇ ਦੇਖਿਆ ਕਿ ਜਦੋਂ ਕਿਸੇ ਬੰਦੇ ਨੂੰ ਕੋਵਿਡ ਹੁੰਦਾ ਹੈ ਤਾਂ ਉਸ ਕੋਵਿਡ ਦੇ ਨਾਲ ਲੜਨ ਦੇ ਵਾਸਤੇ ਸਰੀਰ ਦੇ ਵਿੱਚ ਇੱਕ ਇਮਿਊਨਿਟੀ ਜਿਹੜੀ ਹੈ ਜੋ ਵਿਕਸਿਤ ਹੁੰਦੀ ਹੈ ਉਹਦੇ ਨਾਲ ਹੀ ਸਰੀਰ ਦੇ ਵਿੱਚ ਐਂਟੀਬਾਡੀਜ਼ ਵਗੈਰਾ ਬਣਦੀਆਂ ਹਨ ਮਤਲਬ ਕਿ ਜਿਹੜੇ ਲੋਕ ਇਸ ਤੋਂ ਠੀਕ ਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਇਮਿਨ ਸਿਸਟਮ ਪ੍ਰਣਾਲੀ ਜਿਹੜੀ ਹੈ ਜੋ ਵਿਕਸਿਤ ਹੋ ਜਾਂਦੀ ਹੈ ਇਹ ਜਿਹੜੀ ਇਨਫੈਕਸ਼ਨ ਤੇ ਸਿਹਤਮੰਦ ਹੋਣ ਦੇ ਲੰਬੇ ਸਮੇਂ ਦੇ ਬਾਅਦ ਵੀ ਇਹ ਜਿਹੜੀ ਐਂਟੀਬਾਡੀਜ਼ ਸਰੀਰ ਦੇ ਵਿੱਚ ਰਹਿੰਦੀ ਹੈ ਬਾਕੀ ਜਿਹੜੀ ਐਂਟੀਬਾਡੀ ਹੈ ਜੀ ਉਹਨਾਂ ਲੋਕਾਂ ਦੇ ਵਿੱਚ ਵੀ ਇਹ ਬਣਦੀ ਹੈ ਜਿਨ੍ਹਾਂ ਨੂੰ ਹਲਕੇ ਲੱਛਣ ਹੁੰਦੇ ਜਾਂ ਕਈ ਲੋਕ ਇਹੋ ਜਿਹੀ ਵੀ ਹਨ ਜਿਨ੍ਹਾਂ ਦੇ ਵਿੱਚ ਕੋਈ ਵੀ ਲੱਛਣ ਜਿਹੜਾ ਨਹੀਂ ਹੁੰਦਾ ਪਰੰਤੂ ਇੱਥੇ ਤੱਕ ਤਾਂ ਜਿਹੜੀ ਗੱਲ ਠੀਕ ਹੈ ਜੀ ਕਿ ਬੰਦਾ ਬਿਮਾਰ ਹੋਇਆ ਤੇ ਉਸ ਦੇ ਸਰੀਰ ਦੇ ਵਿੱਚ ਐਂਟੀਬਾਡੀ ਬਣੀ ਤੇ ਉਸ ਐਂਟੀਬਾਡੀ ਨੇ ਜਿਹੜਾ ਵਾਇਰਸ ਸੀ ਉਸ ਨੂੰ ਮਾਰਿਆ ਤੇ ਬੰਦਾ ਜਿਹੜਾ ਠੀਕ ਹੋ ਜਾਂਦਾ ਹੈ ਪਰੰਤੂ ਇਹਦੇ ਵਿੱਚ ਜਿਹੜੀ ਖਤਰੇਵਾਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਿਹੜੀ ਆਟੋ ਐਂਟੀਬਾਡੀ ਹੈ ਸਰੀਰ ਦੇ ਵਿੱਚ ਇਹਦਾ ਜਿਹੜਾ ਲੈਵਲ ਹੈ ਜੀ ਉਹ ਵੱਧ ਜਾਂਦਾ ਹੈ ਜਿਹਦੇ ਨਾਲ ਜਿਹੜਾ ਖਤਰਾ ਇਸ ਚੀਜ਼ ਦਾ ਬਣ ਜਾਂਦਾ ਹੈ ਕਿ ਇਹ ਐਂਟੀਬਾਡੀ ਆਪਣੇ ਹੀ ਸਰੀਰ ਦੇ ਅੰਗਾਂ ਦੇ ਉੱਤੇ ਹਮਲਾ ਕਰਦੀ ਹੈ ਇਹ ਜਿਹੜੀ ਰਿਸਰਚ ਹੈ ਜੀ ਜਨਰਲ ਆਫ ਟ੍ਰਾਂਸਲੇਸ਼ਨ ਮੈਡੀਸਨ ਇਹਦੇ ਵਿੱਚ ਜਿਹੜੀ ਪ੍ਰਕਾਸ਼ਿਤ ਹੋਈ ਹੈ ਮਤਲਬ ਇਹ ਹੈ ਕਿ ਬੰਦੇ ਦੇ ਸਰੀਰ ਦੇ ਵਿੱਚ ਜਿਹੜੀ ਕੋਵਿਡ ਤੋਂ ਬਚਾਉਣ ਦੇ ਵਾਸਤੇ ਐਂਟੀਬਾਡੀ ਬਣੀ ਹੈ ਉਹ ਉਸ ਬੰਦੇ ਦੇ ਆਪਣੇ ਸਰੀਰ ਦੇ ਉੱਤੇ ਜਿਹੜੀ ਹੈ ਜੀ ਹਮਲਾ ਕਰ ਸਕਦੀ ਹੈ ਅਗਲੀ ਖਬਰ ਦੱਸਣ ਤੋਂ ਪਹਿਲਾਂ ਜਿਹੜੀ ਇੱਕ ਸਵਾਲ ਦਾ ਜਵਾਬ ਦੇ ਦਈਏ ਇੱਕ ਵੀਰ ਨੇ ਪੁੱਛਿਆ ਸੀ ਕਿ ਜਿਹੜੇ ਐਨ ਆਰ ਆਈ ਬੰਦੇ ਨੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ ਜਾਂ ਜਿਨ੍ਹਾਂ ਨੇ ਓਸੀਆਈ ਕਾਰਡ ਵੀ ਲੈ ਕੇ ਰੱਖਿਆ ਉਹਨਾਂ ਲਈ ਜਿਹੜੀ ਬਾਹਰਲੀ ਸਿਟੀਜ਼ਨਸ਼ਿਪ ਜਿਹਨਾਂ ਲੋਕਾਂ ਨੇ ਲੈ ਲਈ ਹੈ ਜੋ ਲੋਕ ਗ੍ਰੀਨਡੀਆ ਦੇ ਵਿੱਚ ਜਾ ਕੇ ਜ਼ਮੀਨ ਵਗੈਰਾ ਖਰੀਦਣਾ ਚਾਹੁੰਦੇ ਹਨ ਜਾਂ ਵੇਚਣਾ ਚਾਹੁੰਦੇ ਹਨ ਤਾਂ ਕਿਉਂਕ ਇਹ ਕੰਮ ਕਰ ਸਕਦੇ ਹਨ ਤੇ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਕੋਈ ਪ੍ਰਾਪਰਟੀ ਵਗੈਰਾ ਖਰੀਦਣੀ ਚਾਹੁੰਦੇ ਹੋ ਜ਼ਮੀਨ ਖਰੀਦਣੀ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਕੋਈ ਖੇਤੀ ਵਾਲੀ ਜ਼ਮੀਨ ਹੈ ਉਹ ਨਹੀਂ ਖਰੀਦ ਸਕਦੇ ਕੋਈ ਫਾਰਮ ਹਾਊਸ ਜਾਂ ਖੇਤੀ ਦੇ ਨਾਲ ਜਿਹੜੀ ਸਬੰਧਤ ਕੋਈ ਇਹੋ ਜਿਹੀ ਚੀਜ਼ ਹੈ ਜੀ ਤੁਸੀਂ ਨਹੀਂ ਖਰੀਦ ਸਕਦੇ ਜ਼ਮੀਨ ਵਗੈਰਾ ਬਾਕੀ ਤੁਸੀਂ ਮਕਾਨ ਵਗੈਰਾ ਜਿਹੜਾ ਹੈ ਜੀ ਖਰੀਦ ਸਕਦੇ ਹੋ ਕੋਈ ਸ਼ਾਪ ਖਰੀਦ ਸਕਦੇ ਹੋ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਤੇ ਇਸ ਤੋਂ ਇਲਾਵਾ ਤੁਸੀਂ ਵੇਚ ਵੀ ਸਕਦੇ ਹੋ ਹੁਣ ਤੁਹਾਨੂੰ ਇਸ ਦੇ ਵਾਸਤੇ ਜਿਹੜੀ RBI ਦੇ ਕੋਲੋਂ ਵੀ ਕੋਈ ਪਰਮਿਸ਼ਨ ਲੈਣ ਦੀ ਜਿਹੜੀ ਲੋੜ ਨਹੀਂ ਪਵੇਗੀ ਇਸ ਤਰ੍ਹਾਂ ਜਿਹੜੀ ਇਹ ਖਬਰ ਹੈ ਜੀ NRI ਬੰਦਿਆਂ ਦੇ ਵਾਸਤੇ ਤੇ OCI 홀ਡਰ ਜਿਹੜੇ ਹਨ ਉਹਨਾਂ ਦੇ ਵਾਸਤੇ ਇੱਕ ਗੁੱਡ ਨਿਊਜ਼ ਹੈ ਕਿ ਉਹ ਵੀ ਇੰਡੀਆ ਦੇ ਵਿੱਚ ਆਪਣੀ ਪ੍ਰਾਪਰਟੀ ਵਗੈਰਾ ਖਰੀਦ ਵੀ ਸਕਦੇ ਹਨ ਤੇ ਵੇਚ ਵੀ ਸਕਦੇ ਹਨ ਬਾਕੀ ਜਿਸ ਤਰ੍ਹਾਂ ਓਮਿਕਰੋਨ ਵੇਰੀਐਂਟ ਜਿਹੜਾ ਹੈ ਜੀ ਦੁਨੀਆ ਦੇ ਵਿੱਚ ਫੈਲ ਰਿਹਾ ਹੈ ਤੇ ਜਿੱਦਾਂ ਜਿੱਦਾਂ ਜਿਹੜੇ ਇਸ ਦੇ ਕੇਸ ਜ਼ਿਆਦਾ ਆ ਰਹੇ ਹਨ ਸਰਕਾਰਾਂ ਨੂੰ ਵੀ ਚਿੰਤਾ ਪੈਣੀ ਸੁਭਾਵਿਕ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਜਿਹੜੇ ਕੇਸਾਂ ਦੇ ਅੰਕੜੇ ਆ ਰਹੇ ਹਨ ਇਦੇ ਵਿੱਚ ਪਹਿਲਾਂ ਆਪਾਂ ਸੁਣਿਆ ਸੀ ਕਿ ਦੋ ਡੋਜ਼ ਲਗਵਾਨੀ ਚਾਹੀਦੀ ਨੇ ਫਿਰ ਜਿਹੜਾ ਖਬਰ ਆਈ ਕਿ ਤਿਆਨੇ ਡੋਜ਼ ਜਿਹੜੀਆਂ ਮਤਲਬ ਬੂਸਟਰ ਡੋਜ਼ ਜ਼ਰੂਰੀ ਹੈ ਤੇ ਉਸ ਨੂੰ ਲਗਵਾਉਣਾ ਚਾਹੀਦਾ ਹੈ ਹੁਣ ਇੱਕ ਇਹੋ ਜਿਹੇ ਦੇਸ਼ ਵੀ ਹੈ ਜਿਹੜਾ ਕਹਿ ਰਿਹਾ ਹੈ ਕਿ ਬੂਸਟਰ ਡੋਜ਼ ਤੋਂ ਬਾਅਦ ਜਿਹੜੀ ਚੌਥੀ ਡੋਜ਼ ਹੈ ਜੀ ਉਹ ਵੀ ਲਗਵਾਨੀ ਚਾਹੀਦੀ ਹੈ ਤੇ ਇਸ ਦੇ ਵਾਸਤੇ ਜਿਹੜੀ ਉਸਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਮਤਲਬ ਕਿ ਇਸ ਦੇਸ਼ ਦੇ ਵਿੱਚ ਜਿਹੜੀ ਉੱਥੋਂ ਦੇ ਜਿਹੜੇ ਸਿਟੀਜ਼ਨ ਹਨ ਉਹਨਾਂ ਦੇ ਚੌਥੀ ਡੋਜ਼ ਵੀ ਲੱਗੇਗੀ ਦੇਸ਼ ਦਾ ਨਾਮ ਹੈ ਜੀ ਇਜ਼ਰਾਈਲ ਇਸ ਤਰ੍ਹਾਂ ਇਜ਼ਰਾਈਲ ਪੂਰੇ ਵਰਲਡ ਦੇ ਵਿੱਚ ਪਹਿਲਾ ਦੇਸ਼ ਬਣ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੀਆਂ ਫਾਈਜ਼ਰ ਦੀਆਂ ਐਂਟੀ ਕੋਵਿਡ ਗੋਲੀਆਂ ਹਨ ਉਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਇਜ਼ਰਾਈਲ ਦੇ ਵਿੱਚ ਦਿੱਤੀ ਗਈ ਹੈ। ਬਾਕੀ ਅਗਰ ਕਿਸੇ ਬੰਦੇ ਨੇ ਪਹਿਲਾਂ ਦੋ ਡੋਜ਼ ਵਗੈਰਾ ਜਿਹੜੀਆਂ ਲੈ ਲਈਆਂ ਤੇ ਉਸ ਤੋਂ ਇਲਾਵਾ ਜਿਹੜੀ ਬੂਸਟ ਖਰਾਕ ਵੀ ਉਸ ਤੇ ਲੱਗ ਚੁੱਕੀ ਹੈ। ਫਿਰ ਵੀ ਕਈ ਵਾਰ ਉਹ ਬੰਦਾ ਜਿਹੜਾ ਸਪੋਜ਼ ਕਰੋ ਕਿ ਓਮਿਕਰੋਨ ਦੇ ਜਿਹੜਾ ਟੱਚ ਦੇ ਵਿੱਚ ਆ ਜਾਂਦਾ ਹੈ। ਤੇ ਇਹਦੇ ਵਾਸਤੇ ਜਿਹੜੇ 8 ਲੱਛਣ ਤੁਹਾਨੂੰ ਪਹਿਲਾਂ ਪਰਸੋਂ ਵਾਲੀ ਵੀਡੀਓ ਵਿੱਚ ਦੱਸੇ ਸਨ ਕਿ ਇਹ 8 ਲੱਛਣ ਕਿਹੜੇ ਹਨ ਤੇ ਇਹਨਾਂ ਦੇ ਵਿੱਚ ਜਿਹੜੇ ਦੋ ਲੱਛਣ ਹੋਰ ਆਏ ਹਨ। ਜਿਹੜੇ ਕਿ ਯੂਕੇ ਦੇ ਵਿੱਚ ਡਾਕਟਰਾਂ ਨੇ ਦੱਸਿਆ ਹੈ। ਇਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਗਰ ਬੰਦੇ ਦੇ ਬੂਸਟ ਖਰਾਕ ਲੱਗ ਚੁੱਕੀ ਹੈ ਤਾਂ ਵੀ ਜਿਹੜਾ ਉਸ ਨੂੰ ਕੁਝ ਉਲਟੀ ਵਗੈਰਾ ਹੋ ਸਕਦੀ ਹੈ ਜਾਂ ਹਲਕਾ ਬੁਖਾਰ ਵੀ ਹੋ ਸਕਦਾ ਹੈ ਗਲੇ 'ਚ ਖਰਾਸ਼ ਜਾਂ ਸਿਰਦਰਦ। ਇਹਦੇ ਨਾਲ ਹੀ ਇੱਕ ਲੱਛਣ ਹੋਰ ਦੱਸਿਆ ਸੀ ਕਿ ਜਿੱਦਾਂ ਕਿਉਲਟੀ ਵਗੈਰਾ ਪਹਿਲਾਂ ਦੱਸੀ ਅਤੇ ਭੁੱਖ ਨਾ ਲੱਗਣੀ ਇਹ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਬਾਕੀ ਹੁਣ ਅੱਜ ਦੇ ਜਿਹੜੇ ਇਟਲੀ ਦੇ ਵਿੱਚ ਆਪਾਂ ਕੇਸਿਸ ਵਗੈਰਾ ਦੇਖ ਲਈਏ ਜਿਹੜੇ ਕੇਸਿਸ ਵਗੈਰਾ ਦੀ ਜਿਹੜੀ ਖਬਰ ਹੈ ਜੀ ਆਪਾਂ ਇਸ ਕਰਕੇ ਵੀਡੀਓ ਦੇ ਮੱਧ ਦੇ ਵਿੱਚ ਰੱਖੀ ਹੈ ਤਾਂ ਕਿ ਜਿਹੜਾ ਨਵਾਂ ਸਾਲ ਹੈ ਜੀ ਪਹਿਲਾਂ ਆਪਾਂ ਜਿਹੜੀ ਬੈਡ ਨਿਊਜ਼ ਹੈ ਜੀ ਕਿਸੇ ਨੂੰ ਨਾ ਦੱਸੀਏ। ਤੇਰੇ ਵਿੱਚ 144243 ਕੇਸ ਆਇਆ ਹੈ ਮਰੇ ਡੇਢ ਲੱਖ ਦੇ ਆਸ-ਪਾਸ ਜਿਹੜਾ ਕੇਸ ਇਟਲੀ ਦੇ ਵਿੱਚ ਆਇਆ ਹੈ ਤੇ 155 ਲੋਕਾਂ ਦੀ ਡੈਥ ਹੋਈ ਹੈ। 100 ਦੀ ਪੋਜ਼ਿਟਿਵ ਤਾਂ 11.8 ਦੇ ਉੱਤੇ ਆਜੋ ਕਿ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ। ਇਟਲੀ ਦੇ ਲੰਬਾਰਡਿਆ ਦੀ ਵਿੱਚ 41458 ਕੇਸ ਆਇਆ ਹੈ। ਬਹੁਤ ਹੀ ਜ਼ਿਆਦਾ ਕੇਸ ਆਇਆ ਹੈ। ਬਨੀਤੋ ਦੇ ਵਿੱਚ 9028 ਕੇਸ ਤੇ ਕੰਪਾਨੀਆ 14587 ਅਮੇਲੀਆ ਰੋਮਾਨੀਆ ਵਿੱਚ 10167 ਕੇਸ ਲਾਜ਼ਿਓ ਵਿੱਚ 8470 ਬਿਮੰਤੀ ਵਿੱਚ 11501 ਜੁਲੀਆ ਵਿੱਚ 5463 ਕੇਸ ਆਇਆ ਹੈ। ਤਸਕਾਨਾ ਦੇ ਵਿੱਚ 16888, ਪੂਲੀਆ ਵਿੱਚ 5807, ਫਰੂਲੀ ਫਿਨੀਸ਼ੀਆ ਜੁਲੀਆ ਵਿੱਚ 2361 ਕੇਸ, ਲਿਗੂਰੀਆ ਵਿੱਚ 2420, ਮਾਰਕੇ ਵਿੱਚ 2079, ਕਲਾਬਰੀਆ 2053, ਅਬਰੂਸੋ 4773, ਸਰਦੀਨੀਆ 1209 ਕੇਸ, ਉੰਬਰੀਆ 2594, ਪੀਏਤ੍ਰੈਂਟ ਤੋਂ 1307 ਤੇ ਇਸ ਤਰ੍ਹਾਂ ਵਾਲੇ ਦੀ ਉਸਤਾਦੀ ਵਿੱਚ 350 ਕੇਸ। ਇਸ ਤੋਂ ਇਲਾਵਾ ਤਿੰਨ ਸਟੇਟਾਂ ਇਟਲੀ ਦੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦੇ ਵਿੱਚ 1000 ਤੋਂ ਘੱਟ ਕੇਸ ਆਇਆ ਹੈ। ਬਾਕੀ ਇਸ ਤੋਂ ਇਲਾਵਾ ਇਟਲੀ ਦੇ ਵਿੱਚ 12 ਸਾਲ ਤੋਂ ਉੱਪਰ ਵਾਲੇ ਲੋਕ ਹਨ ਜਿਨ੍ਹਾਂ ਦੇ 85.84% ਜਿਹੜੇ ਲੋਕ ਹਨ ਇਹ ਵੈਕਸੀਨ ਲੈ ਚੁੱਕੇ ਹਨ। ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇ ਕਿ ਜਿਹੜਾ ਅੰਕੜਾ ਹੈ ਜੀ 85.86% ਤੇ ਬਹੁਤ ਹੀ ਕਾਫੀ ਸਮੇਂ ਤੋਂ ਇੱਥੇ ਹੀ ਰੁਕਿਆ ਹੋਇਆ ਹੈ ਕਿਉਂਕਿ ਜਿਹੜੀ ਬਾਕੀ ਦੀ ਆਬਾਦੀ ਉਹ ਜਿਹੜੀ ਵੈਕਸੀਨ ਵਗੈਰਾ ਤੋਂ ਦੂਰ ਜਾ ਰਹੀ ਹੈ ਜਿੱਦਾਂ ਕਿ ਉਹ ਵੈਕਸ ਜਿਹੜਾ ਗਰੁੱਪ ਹੈ। ਸويس ਕਰਕੇ ਜਿਹੜਾ ਇਹ 85% ਦੇ ਕਰੀਬ ਜਿਹੜੇ ਲੋਕਾਂ ਨੇ ਹੀ ਵੈਕ ਇਸ ਤੋਂ ਇਲਾਵਾ ਇਟਲੀ ਦੇ ਵਿੱਚ 12,24,025 ਜਿਹੜੇ ਟੈਸਟ ਕੀਤੇ ਗਏ ਹਨ ਜਿਹਦੇ ਵਿੱਚ ਮੋਲੀਕੂਲਰ ਤੇ ਐਂਟੀਜਨਿਕ ਟੈਸਟ ਦੋਨੋਂ ਤਰ੍ਹਾਂ ਦੇ ਆਉਂਦੇ ਹਨ ਇਸ ਤੋਂ ਇਲਾਵਾ ਜਿਹੜੇ 1260 ਪੇਸ਼ੈਂਟ ਇਸ ਟਾਈਮ ਆਈਸੀਯੂ ਦੇ ਵਿੱਚ ਭਰਤੀ ਹਨ ਤੇ ਉਹਨਾਂ ਤੋਂ ਇਲਾਵਾ 22,580 ਲੋਕ ਜਿਹੜੇ ਅੱਜ ਠੀਕ ਹੋਏ ਹਨ ਇਸ ਤੋਂ ਇਲਾਵਾ ਇਟਲੀ ਦੇ ਵਿੱਚ ਜਿਹੜੇ ਰਾਜਨੇਤਾ ਹਨ ਇਹਨਾਂ ਦੇ ਇੱਕ ਰਿਪੋਰਟ ਕਾਰਡ ਜਿਹੜਾ ਹੈ ਜੀ ਜਾਰੀ ਕੀਤਾ ਗਿਆ ਹੈ 2021 ਦੇ ਵਾਸਤੇ ਇਹਦੇ ਵਿੱਚ ਜਿਹੜੇ ਮਤਰੇਲਾ ਹਨ ਇਹਨਾਂ ਨੂੰ 9 ਨੰਬਰ ਮਿਲੇ ਹਨ 9 ਵੋਟਾਂ ਮਿਲੀਆਂ ਹਨ ਇਸ ਤੋਂ ਇਲਾਵਾ ਕੋਨਤੇ ਸਾਹਿਬ ਜਿਹੜੇ ਹਨ ਤੇ ਰੈਂਸੀ ਸਾਹਿਬ ਇਹਨਾਂ ਨੂੰ ਜਿਹੜੀਆਂ 5 ਵੋਟਾਂ ਮਿਲੀਆਂ ਹਨ ਮਾਰੀਓ ਦਰਾਗੀ ਸਾਹਿਬ ਨੂੰ ਜਿਹੜੀਆਂ ਵੋਟਾਂ ਮਿਲੀਆਂ ਨੇ ਉਹਦੀ ਗਿਣਤੀ 8 ਹੈ ਐਨਰੀਕੋ ਲੇਟਾ ਇਹਨਾਂ ਨੂੰ 7 ਵੋਟਾਂ ਮਿਲੀਆਂ ਨੇ ਮਾਤਿਓ ਸਲਵਿਨੀ 5.5 ਵੋਟਾਂ ਜਾਰਜਾ ਮਿਲੂਨੀ ਇਹਨਾਂ ਨੂੰ ਜਿਹੜੀ 6.5 ਵੋਟ ਮਿਲੀ ਹੈ ਤੇ ਇਸ ਤੋਂ ਇਲਾਵਾ ਸਿਰਲਿਓ ਬੈਲਸਕੋਨੀ ਇਹਨਾਂ ਨੂੰ 6 ਵੋਟਾਂ ਮਿਲੀਆਂ ਜਿਸ ਦੇ ਪੇ ਕੋਨਤੇ ਇਹਨਾਂ ਨੂੰ 5 ਵੋਟਾਂ ਮਾਤਿਓ ਰੈਂਸੀ ਜਿਹੜੇ 5 ਵੋਟਾਂ ਇਹ ਜਿਹੜੀਆਂ ਤੁਹਾਨੂੰ ਰਿਪੋਰਟ ਕਰ 2021 ਇਹ ਦੱਸਿਆ ਉਹਦੇ ਬਾਰੇ ਤੁਹਾਨੂੰ ਦੱਸਿਆ ਹੈ ਬਾਕੀ ਲੁੰਬਾਰਦੀਆ ਵਾਸਤੇ ਜਿਹੜੀ ਬੈਡ ਨਿਊਜ਼ ਸੀ ਜੀ ਕਾਫੀ ਸਮੇਂ ਤੋਂ ਜਿਹੜਾ ਇਸ ਦੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਸੋਮਵਾਰ ਤੋਂ ਜਿਹੜਾ ਇਹ ਕੰਮ ਸਟਾਰਟ ਹੋ ਜਾਵੇਗਾ ਜਿਹੜਾ ਲੁੰਬਾਰਦੀਆ ਹੈ ਮਤਲਬ 3 ਜਨਵਰੀ ਤੋਂ ਇਸ ਨੂੰ yellow zone ਦੇ ਵਿੱਚ ਭੇਜ ਦਿੱਤਾ ਜਾਵੇਗਾ ਕਿਉਂਕਿ ਜਿਹੜਾ ਇਨਫੈਕਸ਼ਨ ਦਾ ਰੇਟ ਹੈ ਜੀ 6 ਗੁਣਾ ਜ਼ਿਆਦਾ ਹੋ ਚੁੱਕਾ ਹੈ ਲਿਮਟ ਤੋਂ 1 ਲੱਖ ਦੇ ਪਿੱਛੇ 1432 ਲੋਕ ਜਿਹੜੇ ਪੋਜ਼ੀਟਿਵ ਹੋ ਚੁੱਕੇ ਹਨ ਜਿਹੜੀ ਕਿ ਲਿਮਟ 250 ਦੀ ਹੈ ਬਾਕੀ ਇਟਲੀ ਦੇ ਵਿੱਚ ਜਿਹੜੇ ਸਾਡੇ ਵੀਰ ਲੋਕ ਰਹਿੰਦੇ ਹਨ ਇਹਨਾਂ ਦੇ ਵਾਸਤੇ ਇੱਕ ਜ਼ਰੂਰੀ ਜਿਹੜੀ ਖਬਰ ਹੈ ਜੀ ਉਸ ਤਰ੍ਹਾਂ ਇੱਕ ਹੀ ਜਿੱਦਾਂ ਕਿ ਕਈ ਵਾਰ ਕੋਈ ਵੀ ਬੰਦਾ ਆਪਣਾ ਲਾਜ ਵਗੈਰਾ ਕਰਾਉਣ ਦੇ ਵਾਸਤੇ ਜਦੋਂ ਹਸਪਤਾਲ ਦੇ ਵਿੱਚ ਜਾਂਦਾ ਹੈ ਤਾਂ ਕਈ ਵਾਰ ਉਹ ਅਪਾਇੰਟਮੈਂਟਾਂ ਦੇ ਚੱਕਰ ਦੇ ਵਿੱਚ ਫਸ ਜਾਂਦਾ ਹੈ ਕਿਉਂਕਿ ਇਟਲੀ ਦੇ ਵਿੱਚ ਤੁਹਾਨੂੰ ਜਿਹੜੇ ਪ੍ਰਾਈਵੇਟ ਹਸਪਤਾਲ ਕਦੀ ਵੀ ਤੁਹਾਨੂੰ ਦਿਖਾਈ ਨਹੀਂ ਦਿੰਦੇ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਕੋਈ ਹਸਪਤਾਲ ਹੈ ਜਾਂ ਕਿ ਜਿਹੜਾ ਕਲੀਨਿਕ ਵਗੈਰਾ ਹੈ ਕਿਉਂਕਿ ਤੁਹਾਨੂੰ ਕੋਈ ਵੀ ਬਾਹਰ ਬੋਰਡ ਵਗੈਰਾ ਲੱਗਾ ਨਹੀਂ ਮਿਲਦਾ ਜਿੱਦਾਂ ਕਿ ਆਪਣੇ ਇੰਡੀਆ ਦੇ ਵਿੱਚ ਮਿਲਦਾ ਹੈ ਇਹਦੇ ਵਾਸਤੇ ਹੁਣ ਤੁਸੀਂ ਅਗਰ ਕਿਸੇ ਬੰਦੇ ਦਾ ਕੋਈ ਇਲਾਜ ਕਰਾਉਣਾ ਹੈ ਕੋਈ ਜਾਨੀ ਤੋਰੀ ਹਨ ਜਾਂ ਕਿ ਭੈਣ ਭਰਾ ਜਾਂ ਕੋਈ ਵੀ ਬੰਦਾ ਜਿਹੜਾ ਹੈ ਜੀ ਅਗਰ ਉਸ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਚਾਹੁੰਦੇ ਹੋ ਕਿ ਅਗਰ ਪੈਸੇ ਖਰਚ ਕਰਕੇ ਵੀ ਇਲਾਜ ਮਿਲ ਜਾਵੇ ਤੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਇਹਦੇ ਵਾਸਤੇ ਇੱਕ ਆਪਣੇ ਗੂਗਲ ਦੇ ਵਿੱਚ ਜਾਣਾ ਹੈ ਤੁਸੀਂ ਲਿਖਣਾ ਹੈ ਜੀ www.dotori.it ਮਤਲਬ www.dotori.it ਇਸ ਤਰ੍ਹਾਂ ਲਿਖ ਕੇ ਤੁਸੀਂ ਵੈਬਸਾਈਟ ਓਪਨ ਹੋਏਗੀ ਇਦੇ ਵਿੱਚ ਤੁਸੀਂ ਆਪਣਾ ਕੈਪ ਭਰ ਸਕਦੇ ਹੋ ਜਿੱਦਾਂ ਕਿ ਜੋ ਵੀ ਤੁਹਾਡਾ ਕੈਪ ਹੋਏਗਾ ਜਿੱਦਾਂ ਕਿ 20054 ਜਾਂ ਜੋ ਵੀ ਹੈ ਜੀ ਜੋ ਵੀ ਤੁਹਾਡੇ ਆਪਣੇ ਸ਼ਹਿਰ ਦਾ ਕੈਪ ਹੁੰਦਾ ਹੈ ਤੇ ਉਸ ਤੋਂ ਇਲਾਵਾ ਤੁਹਾਡੀ ਜਿਹੜੀ ਲੋਕਲ ਤਹਿ ਹੈ ਜੀ ਤੁਸੀਂ ਕਿੱਥੇ ਰਹਿੰਦੇ ਹੋ ਆਪਣਾ ਐਡਰੈਸ ਭਰ ਦਿਓ ਤੇ ਉਸ ਤੋਂ ਬਾਅਦ ਤੁਸੀਂ ਜਿਸ ਵੀ ਡਾਕਟਰ ਦੇ ਨਾਲ ਸੰਪਰਕ ਕਰਨਾ ਹੈ ਜੇ ਕੋਈ ਹੱਡੀਆਂ ਦਾ ਡਾਕਟਰ ਹੈ ਦਿਮਾਗ ਦਾ ਡਾਕਟਰ ਹਾਰਟ ਦਾ ਕੋਈ ਸਪੈਸ਼ਲਿਸਟ ਹੈ ਜਾਂ ਜਿਸ ਤਰ੍ਹਾਂ ਦਾ ਵੀ ਡਾਕਟਰ ਦੇ ਨਾਲ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਲਿਖੋ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਜਿਹੜੇ ਡਾਕਟਰ ਵਗੈਰਾ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੀ ਵੈਲਿਡਿਬਿਲਟੀ ਸਾਰਾ ਕੁਝ ਉਹਨਾਂ ਦੀ ਫੀਸ ਕਿੰਨੀ ਹੈ ਪੂਰੀ ਡਿਟੇਲ ਤੁਹਾਡੇ ਸਾਹਮਣੇ ਆਏਗੀ ਤੇ ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਛੇਲਤ ਕਰ ਸਕਦੇ ਹੋ ਚੁਣ ਸਕਦੇ ਹੋ ਤੇ ਬਾਅਦ ਵਿੱਚ ਅਪਾਇੰਟਮੈਂਟ ਵਗੈਰਾ ਵੀ ਉਸਿਆਂ ਦੇ ਥਰੂ ਹੀ ਲੈ ਸਕਦੇ ਹੋ ਇਹ ਵੈਬਸਾਈਟ ਤੁਹਾਨੂੰ ਦੱਸਣੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜੇ ਇਸ ਟਾਈਮ ਕਾਫੀ ਲੋਕ ਹਨ ਜਿਨ੍ਹਾਂ ਨੂੰ ਬਹੁਤ ਸਾਰੀ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਕਿ ਜਿਹੜਾ ਪ੍ਰਾਈਵੇਟ ਲਾਇਕ ਇਸ ਤਰ੍ਹਾਂ ਕਰਵਾਇਆ ਜਾਵੇ ਸੋ ਇਸ ਤਰ੍ਹਾਂ ਜਿਹੜੀ ਇਹ ਖਬਰ ਹੈ ਜੀ ਇਟਲੀ ਵਿੱਚ ਵਸਦੇ ਲੋਕਾਂ ਦੇ ਵਾਸਤੇ ਇੱਕ ਜ਼ਰੂਰੀ ਖਬਰ ਇਹਦੇ ਨਾਲ ਜਿਹੜੀ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ ਅਗਰ ਤੁਸੀਂ ਪੇ ਕਰਨ ਦੇ ਹੱਕ ਦੇ ਵਿੱਚ ਹੋ ਜਾਂ ਤੁਹਾਡੇ ਕੋਲ ਕਪੈਸਿਟੀ ਹੈ ਕਿ ਤੁਸੀਂ ਪ੍ਰਾਈਵੇਟ ਡਾਕਟਰ ਨੂੰ ਪੇ ਕਰ ਸਕੋ ਕਿਉਂਕਿ ਜਿਹੜੀ ਫੀਸ ਘੱਟੋ ਘੱਟ ਫੀਸ ਤੁਹਾਨੂੰ ਦੱਸ ਦਿੰਦੇ ਆ ਕਿ 100 ਜਰੂ ਤੋਂ ਘੱਟੋ ਘੱਟ ਸਟਾਰਟਿੰਗ ਹੁੰਦੀ ਹੈ ਤੇ ਫੀਸ ਜਿਹੜੀ ਹੈ ਜੀ 180 200 2200 ਤੱਕ ਵੀ ਜਾ ਸਕਦੀ ਹੈ ਇੱਕ ਅਪਾਇੰਟਮੈਂਟ ਦੀ ਬਾਕੀ ਜਿਹੜੀ ਨੈਕਸਟ ਖਬਰ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਨੂੰ ਇਟਲੀ ਦੀ ਵੇਸ ਸੱਦਿਆ ਹੋਇਆ ਹੈ ਜਿਹਨਾਂ ਦੀ ਉਮਰ ਜਿਹੜੀ 65 ਸਾਲ ਤੋਂ ਉੱਪਰ ਹੈ ਜਿਹੜੇ ਕਿ ਜਿਨ੍ਹਾਂ ਨੇ ਇੱਥੇ ਆ ਕੇ ਕੰਮ ਕਰਨਾ ਹੀ ਕੀਤਾ ਕਿਉਂਕਿ 2008 ਦੇ ਵਿੱਚ ਇਟਲੀ ਦੇ ਵਿੱਚ ਇੱਕ ਨਿਯਮ ਜਿਹੜਾ ਚੇਂਜ ਕਰ ਦਿੱਤਾ ਗਿਆ ਸੀ ਕਿ ਕੋਈ ਵੀ ਬੰਦਾ ਜਿਹੜਾ ਅਜੇ ਆਪਣੀ ਜਨਨੀ ਟੂਰ ਨੂੰ ਇਟਲੀ ਦੇ ਵਿੱਚ ਸਾਦਾ ਹੈ ਤੇ ਉਹਨਾਂ ਦੀ ਜਿਹੜੀ ਉਮਰ ਹੈ ਜੀ 65 ਸਾਲ ਤੋਂ ਅਗਰ ਉੱਪਰ ਹੋ ਚੁੱਕੀ ਹੈ ਤੇ ਉਹਨਾਂ ਦੇ ਵਾਸਤੇ ਡਾਕਟਰੀ ਕਾਰਡ ਜਿਹੜਾ ਹੈ ਜੂ ਤੁਹਾਨੂੰ ਆਪੇ ਕਰਨਾ ਪੈਂਦਾ ਉਸ ਦੇ ਉੱਪਰ ਹੁਣ ਜਿਹੜਾ ਡਾਕਟਰੀ ਕਾਰਡ ਹੈ ਜੀ ਲੋਕਾਂ ਦੇ ਜਿਨ੍ਹਾਂ ਨੇ ਪਿਛਲੇ ਸਾਲ ਬਣਾਏ ਸਨ ਉਹ ਅੱਜ 1 ਜਨਵਰੀ ਹੋ ਚੁੱਕੀ ਤੇ ਅੱਜ ਉਹਨਾਂ ਦੇ ਡਾਕਟਰੀ ਕਾਰਡ ਜਿਹੜੇ ਖਤ ਤੁਸੀਂ ਆਪਣੀ ਜੈਨੀਤੂਰੀ ਦਾ ਜਿਹੜਾ ਡਾਕਟਰੀ ਕਾਰਡ ਹੈ ਜੀ ਤੁਹਾਨੂੰ ਅੱਜ ਤੋਂ ਜਿਹੜਾ ਰਿਨਿਊ ਕਰੋਣਾ ਪਵੇਗਾ ਮੁੱਲ ਪਹਿਲੇ ਜਨਵਰੀ 2022 ਅੱਜ ਉਹ ਬਿਨਾਂ ਡਾਕਟਰੀ ਕਾਰਡ ਤੋਂ ਹਨ ਤੇ ਤੁਸੀਂ ਇਹਨਾਂ ਦਾ ਜਿਹੜਾ ਅਜ਼ਲ ਵਾਲਿਆਂ ਦੇ ਜਾ ਕੇ ਆਪਣਾ ਰਿਨਿਊ ਕਰਵਾ ਸਕਦੇ ਹੋ ਇਸੇ ਤੁਹਾਨੂੰ ਵੀ ਵਿਦਿਆਸੀ ਹੈ ਕਿ ਇਟਲੀ ਦੀਆਂ ਕੁਝ ਸਟੇਟਾਂ ਦੇ ਵਿੱਚ ਜਿਹੜਾ ਰੇਟ ਹੈ ਜੀ ਤਕਰੀਬਨ 400 ਦੇ ਵਿੱਚ ਵੀ ਡਾਕਟਰੀ ਕਾਰਡ ਬਣ ਜਾਂਦਾ ਹੈ ਤੇ ਕੁਝ ਸਟੇਟਾਂ ਦੇ ਵਿੱਚ ਜਿਹੜਾ ਰੇਟ ਹੈ ਜੀ ਉਹ ਬਹੁਤ ਜ਼ਿਆਦਾ ਰੇਟ ਹੈ ਉਹਨਾਂ ਨੇ ਰੇਟ ਇੰਨਾ ਜ਼ਿਆਦਾ ਰੱਖਿਆ ਹੈ ਕਿ 7% ਜਿਹੜਾ ਸੈਲਰੀ ਹੁੰਦੀ ਹੈ ਤੁਹਾਡੀ ਖੁਦ ਉਸ ਦੇ ਹਿਸਾਬ ਦੇ ਨਾਲ ਜਿੱਦਾਂ ਕਿ ਜੇ ਆਪਾਂ ਮਲਾਂਹ ਦੇ ਇਲਾਕੇ ਦੀ ਗੱਲ ਕਰੀਏ ਜਾਂ ਲੋ ਮਬਾਰਦੀਆ ਸਟਰੀਟ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਰੇਟ ਹੈ ਜੀ ਡਾਕਟਰੀ ਕਾਰਡ ਦਾ ਬਹੁਤ ਹੀ ਜ਼ਿਆਦਾ ਲੱਗਦਾ ਹੈ ਜੇ ਕਿਸੇ ਬੰਦੇ ਦਾ ਜਿਹੜਾ 25000 ਦਾ ਖੋਦ ਨਿਕਲਦਾ ਹੈ ਸਾਲ ਦਾ ਤੇ ਤਕਰੀਬਨ ਉਸ ਨੂੰ ਆਪਾਂ ਦੇਖੀਏ 7% ਦੇ ਹਿਸਾਬ ਦੇ ਨਾਲ ਤੇ ਤਕਰੀਬਨ 18000 ਦਾ ਜਿਹੜਾ ਖਰਚਾ ਉਸ ਨੂੰ ਪਰ ਜਿੱਦਾਂ ਕਿ ਹਰ ਸਾਲ ਜਿਹੜਾ ਦੇਣਾ ਪੈਂਦਾ ਹੈ ਤੇ ਇਹਦੇ ਵੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਹੁਣ ਡਾਕਟਰੀ ਕਾਰਡ ਬਣਾਉਦੇ ਹੋ ਅੱਜ ਦੀ ਡੇਟ ਦੇ ਵਿੱਚ ਤੇ 31 ਦਸੰਬਰ 2022 ਨੂੰ ਇਹ ਡਾਕਟਰੀ ਕਾਰਡ ਖਤਮ ਹੋ ਜਾਵੇਗਾ ਜਾਂ ਫਿਰ ਤੁਸੀਂ ਜਿਹੜੀ ਇੱਕ ਅਲਟਰਾ ਸਸਾਂਤਾ ਚਿੰਕ ਵਿਆਨੀ ਸਿਕਰੈਸੋਨੀ ਹੁੰਦੀ ਹੈ ਜੋ ਵੀ ਲੈ ਸਕਦੇ ਹੋ ਬੈਸੇ ਤੋ ਉਹ ਵੀ ਸਸਤੀ ਨਹੀਂ ਪੈਂਦੀ ਉਹਦੇ ਵਿੱਚ ਵੀ ਤੁਹਾਨੂੰ ਕਾਫੀ ਪੇ ਕਰਨਾ ਪੈਂਦਾ ਹੈ ਪਰੰਤੂ ਅਗਰ ਆਪਾਂ ਕੰਪੈਰੀਜ਼ਨ ਟੂ ਇਹ ਸਿਕਰੈਸੋਨੀ ਜੇ ਆਪਾਂ ਡਾਕਟਰੀ ਕਾਰਡ ਦਾ ਕਰੀਏ ਤਾਂ ਡਾਕਟਰੀ ਕਾਰਡ ਦੇ ਜਿਹੜੇ ਬੈਨੀਫਿਟ ਜ਼ਿਆਦਾ ਹੁੰਦੇ ਹਨ ਡਾਕਟਰੀ ਕਾਰਡ ਦਾ ਮਤਲਬ ਕਿ ਪੂਰੇ ਯੂਰਪ ਦੇ ਵਿੱਚ ਡਾਕਟਰੀ ਕਾਰਡ ਜਿੱਦਾਂ ਕਿ ਤੁਹਾਨੂੰ ਸਹੂਲਤ ਮਿਲਦੀ ਆਪਣੇ ਡਾਕਟਰੀ ਕਾਰਡ ਦੇ ਉੱਤੇ ਇਸੀ ਤਰ੍ਹਾਂ ਹੀ ਤੁਹਾਡੇ ਯਾਨੀ ਤੁਰੀ ਜਿਹੜੀ ਪੂਰੀ ਸਹੂਲਤ ਮਿਲਦੀ ਹੈ ਜੋ ਵੀ ਤੁਹਾਡੇ ਕੋਲ ਫੈਸਿਲਿਟੀਆਂ ਵਗੈਰਾ ਹੁੰਦੀਆਂ ਹਨ ਉਹਨਾਂ ਨੂੰ ਵੀ ਉਹਦੇ ਬਰਾਬਰ ਦੀਆਂ ਮਿਲਦੀਆਂ ਹਨ ਤੇ ਕਿਤੇ ਵੀ ਕਲੇਮ ਵਗੈਰਾ ਕਰਨ ਦੀ ਜਾਂ ਪੈਸੇ ਇਧਰੋਂ ਉਧਰ ਭਰਨ ਦੀ ਜਿੱਦਾਂ ਕਿ ਇੰਸ਼ੋਰੈਂਸ ਦੇ ਨਾਲ ਹੁੰਦਾ ਇਹੋ ਜਿਹੀ ਕੋਈ ਵੀ ਲੋੜ ਨਹੀਂ ਪੈਂਦੀ ਬਾਕੀ ਜਨਵਰੀ ਦਾ ਮਹੀਨਾ ਚੜ੍ਹ ਚੁੱਕਾ ਹੈ ਤੇ ਜਿਹੜੀ ਪੇਪਰਾਂ ਦੇ ਉੱਤੇ ਖਬਰ ਹੈ ਜੀ ਜਿੱਦਾਂ ਹੀ ਉਹਦੇ ਉੱਪਰ ਕੋਈ ਇਮੀਗ੍ਰੇਸ਼ਨ ਦੇ ਵਿਵਸਥਾ ਜਿਹੜੀ ਖਬਰ ਹੈ ਜੀ ਡੇਟ ਵਗੈਰਾ ਆਏਗੀ ਤੁਹਾਨੂੰ ਜਿਹੜਾ ਜ਼ਰੂਰ ਦੱਸਿਆ ਜਾਏਗਾ ਬਾਕੀ ਜਿਹੜਾ ਕੁਆਰੈਂਟਾਈਨ ਹੈ ਇਹ ਵੀ ਜਿਹੜਾ ਖਤਮ ਕਰ ਦਿੱਤਾ ਗਿਆ ਹੈ ਜ ਜਿਨ੍ਹਾਂ ਲੋਕਾਂ ਨੇ ਜਿਹੜੀ ਤੀਸਰੀ ਡੋਜ਼ ਲੈ ਲਈ ਉਹਨਾਂ ਦੇ ਵਾਸਤੇ ਜਿਹੜਾ ਕੁਆਰੰਟਾਈਨ ਹੈ ਉਹ ਖਤਮ ਹੈ। ਅਗਰ ਤੁਸੀਂ ਤੀਸਰੀ ਡੋਜ਼ ਲਗਵਾਉਣ ਤੋਂ 120 ਦਿਨਾਂ ਦੇ ਅੰਦਰ ਕਿਸੇ ਬੰਦੇ ਦੇ ਵੀ ਕੰਟੈਕਟ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਜੀ ਕੁਆਰੰਟਾਈਨ ਨਹੀਂ ਕੀਤਾ ਜਾਵੇਗਾ। ਪਰੰਤੂ 10 ਦਿਨਾਂ ਦੇ ਵਾਸਤੇ ਜਿਹੜਾ ਹੈ ਜੀ ਤੁਹਾਨੂੰ ਜਿਹੜਾ ਮਾਸਕ ਜ਼ਰੂਰ ਐਫਐਫਪੀ2 ਜਿਹੜਾ ਲਾਉਣਾ ਪਵੇਗਾ। ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਆਪਣੀ ਮੋਨਿਟਰਿੰਗ ਵਗੈਰਾ ਵੀ ਕਰਨੀ ਪਵੇਗੀ। ਇਸ ਤੋਂ ਇਲਾਵਾ ਜੇ ਤੁਸੀਂ ਹਾਈ ਰਿਸਕ ਕੰਟੈਕਟ ਦੇ ਵਿੱਚ ਹੋ ਤਾਂ ਫਿਰ ਤੁਹਾਨੂੰ ਜਿਹੜਾ 5ਵੇਂ ਦਿਨ ਆਪਣਾ ਸਵੈਬ ਵੀ ਕਰਵਾਉਣਾ ਪਵੇਗਾ। ਮਤਲਬ ਕਿ 5 ਦਿਨ ਤੱਕ ਜਿਹੜਾ ਤੁਹਾਨੂੰ ਆਪਣਾ ਡੇਲੀ ਤੌਰ ਤੇ ਜਿਹੜਾ ਸਵੇਭ ਕਰਾਉਣਾ ਪਏਗਾ ਟੈਸਟ ਕਰਾਉਣਾ ਪਏਗਾ ਸਿੱਧੇ ਸ਼ਬਦਾਂ ਵਿੱਚ ਹਰ ਰੋਜ਼ ਜਿਹੜਾ ਟੈਸਟ ਕਰਵਾਉਣਾ ਪਵੇਗਾ ਬਾਕੀ ਵੀਡੀਓ ਦੇ ਅੰਤ ਵਿੱਚ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਵਧਾਈਆਂ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਨਵਾਂ ਸਾਲ ਆ ਜੀ ਵਧੀਆ ਬੀਤੇ ਸਾਰਿਆਂ ਦਾ ਬਾਕੀ ਸਾਡੇ ਜਿੰਨੇ ਵੀ ਵਿਊਰ ਹਨ ਸਾਡੇ ਲੋਕ ਜਿੰਨੇ ਵੀ ਸਾਡੇ ਵੀਡੀਓਜ਼ ਵਗੈਰਾ ਦੇਖਦੇ ਨੇ ਸਾਡੇ ਵੀਰ ਸਾਡੇ ਪੈਣਾ ਬਜ਼ੁਰਗ ਬੱਚੇ ਉਹਨਾਂ ਸਾਰਿਆਂ ਦੀ ਸਲਾਮਤੀ ਵਾਸਤੇ ਅਸੀਂ ਰੱਬ ਦੇ ਅਗੇ ਵੀ ਦੁਆ ਕਰਦੇ ਹਾਂ ਕਿ ਸਾਰੇ ਠੀਕ ਠਾਕ ਰਹਿਣ ਤੇ ਬਾਕੀ ਇਸ ਵੀਡੀਓ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਆਪਾਂ ਫੇਰ ਮਿਲਾਂਗੇ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ